ਸਤਿੰਦਰ ਸਿੰਘ ਕੋਟਲਾ, ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ। ਅਸੀਂ JCB ਆ ਤਾਂ ਲੈ ਕੇ ਜਾ ਰਹੇ ਹਾਂ, ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਲਿੰਕ ਤੋੜਿਆ ਆ, ਥਾਂ ਥਾਂ ਤੋਂ ਬੈਰੀਗੇਡ ਕੀਤੀ ਆ, ਉਹ ਜਿਹੜੇ ਬੈਰੀਗੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ, ਲੋਕ ਖਜਲ ਖੁਆਰ ਹੋ ਰਹੇ ਨੇ, ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ JCP ਲੈ ਕੇ ਜਾ ਰਹੇ ਹਾਂ। ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਦੇ ਰੋਜ਼ ਜਾਂਦੇ ਰਹਿਣਗੇ। ਇਹ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ। ਸਰਕਾਰ ਚਾਹੇ ਤਾਂ ਮੀਟਿੰਗਾਂ 'ਚ ਹੱਲ ਆ, ਟੇਬਲ 'ਤੇ ਹੱਲ ਆ, ਟੇਬਲ 'ਤੇ ਅੱਜ ਵੀ ਹੱਲ ਹੋ ਸਕਦਾ ਅਤੇ ਕੱਲ੍ਹ ਵੀ ਹੋ ਸਕਦਾ, ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤਾਂ ਟੇਬਲ 'ਤੇ ਨਿਕਲੂਗਾ। ਘਰਾਂ 'ਤੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ 'ਤੇ ਜਾ ਕੇ ਬਹਿ ਗਏ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ, ਕੱਲ੍ਹ ਤੱਕ ਪਰਸੋਂ ਤੱਕ ਵੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਲੋਕ ਜਾ ਰਹੇ ਨੇ। ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ, ਆਮ ਜਨਤਾ ਨੂੰ ਬਹਾਲ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਪ੍ਰਬੰਧ, ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਹਾਂ। ਸਤਿੰਦਰ ਸਿੰਘ ਕੋਟਲਾ, ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ। ਅਸੀਂ JCP ਆ ਤਾਂ ਲੈ ਕੇ ਜਾ ਰਹੇ ਹਾਂ, ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਲਿੰਕ ਤੋੜਿਆ ਆ, ਥਾਂ ਥਾਂ ਤੋਂ ਬੈਰੀਗੇਡ ਕੀਤੀ ਆ, ਉਹ ਜਿਹੜੇ ਬੈਰੀਗੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ, ਲੋਕ ਖਜਲ ਖੁਆਰ ਹੋ ਰਹੇ ਨੇ, ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ JCP ਲੈ ਕੇ ਜਾ ਰਹੇ ਹਾਂ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਦੇ ਰੋਜ਼ ਜਾਂਦੇ ਰਹਿਣਗੇ। ਇਹ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ। ਸਰਕਾਰ ਚਾਹੇ ਤਾਂ ਮੀਟਿੰਗਾਂ 'ਚ ਹੱਲ ਆ, ਟੇਬਲ 'ਤੇ ਹੱਲ ਆ, ਟੇਬਲ 'ਤੇ ਅੱਜ ਵੀ ਹੱਲ ਹੋ ਸਕਦਾ ਅਤੇ ਕੱਲ੍ਹ ਵੀ ਹੋ ਸਕਦਾ, ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤਾਂ ਟੇਬਲ 'ਤੇ ਨਿਕਲੂਗਾ। ਘਰਾਂ 'ਤੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ 'ਤੇ ਜਾ ਕੇ ਬਹਿ ਗਏ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ, ਕੱਲ੍ਹ ਤੱਕ ਪਰਸੋਂ ਤੱਕ ਵੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਲੋਕ ਜਾ ਰਹੇ ਨੇ। ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ, ਆਮ ਜਨਤਾ ਨੂੰ ਬਹਾਲ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਪ੍ਰਬੰਧ, ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਹਾਂ।